ਸੰਬੰਧਕ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸੰਬੰਧਕ ਦੀ ਪਰਿਭਾਸ਼ਾ ਤੇ ਉਸ ਦੇ ਕਿਸਮਾਂ ਬਾਰੇ ਜਾਣਾਂਗੇ ਸਪੱਸ਼ਟ ਸਭ ਤੋਂ ਪਹਿਲਾਂ ਸੰਬੰਧਕ ਦੇ ਬਾਰੇ ਆਪਾਂ ਸਮਝ ਲਈਏ ਕਿ ਸੰਬੰਧਕ ਹੁੰਦਾ ਕੀ ਹੈ ਜਿਹੜੇ ਸ਼ਬਦ ਵਾਕ ਵਿੱਚ ਨਾਮ ਪਰਨਾਉ ਜਾਂ ਵਿਸ਼ੇਸ਼ਣ ਸ਼ਬਦਾਂ ਦਾ ਵਾਕ ਦੇ ਦੂਸਰੇ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰਨ ਉਹਨਾਂ ਨੂੰ ਸੰਬੰਧਕ ਕਿਹਾ ਜਾਂਦਾ ਹੈ ਕੋਈ ਵੀ ਵਾਕ ਹੈ ਉਸੇ ਨਾਮ ਹੁੰਦੇ ਹਨ ਪਰਨਾਉ ਹੁੰਦੇ ਹੈ ਵਿਸ਼ੇਸ਼ਣ ਹੁੰਦੇ ਹਨ ਤਾ ਕੋਈ ਸ਼ਬਦ ਐਸਾ ਹੁੰਦਾ ਹੈ ਕਿ ਜੋ ਇਨਾਂ ਨਾਮ ਪੜਨਾਵ ਵਿਸ਼ੇਸ਼ਣਾ ਨੂੰ ਵਿਸ਼ੇਸ਼ਣ ਜਿਹੜੇ ਸ਼ਬਦ ਨੇ ਉਹਨਾਂ ਦਾ ਆਪਸ ਵਿੱਚ ਸਬੰਧ ਬਣਾਉਂਦੇ ਨੇ ਆਪਾਂ ਉਦਾਹਰਣ ਦੇ ਦਿਆਂ ਜਿਸ ਤਰ੍ਹਾਂ ਕਿ ਪਹਿਲੀ ਲਾਈਨ ਦੇਖੋ ਉਦਾਹਰਣ ਦੇ ਤੌਰ ਤੇ ਇਹ ਪੈਨ RAM ਦਾ ਹੈ ਮੈਂ ਇਸ ਵਾਕ ਨੂੰ ਧਾਰੋ ਪੜ੍ਹਦੀਆਂ ਸੁਣ ਫੇਰ ਤੁਸ ਨੂੰ ਇਹ ਪੈਨ RAM ਹੈ ਇੱਥੇ ਦਾ ਜੋ ਹੈ ਸਬੰਧ ਕ ਸ਼ਬਦਾਂ ਦਾ ਜੇ ਆਪਾਂ ਦਾ ਨੂੰ ਨਹੀਂ ਲਿਖਦੇ ਤਾਂ ਤੁਸੀਂ ਦੇਖੋ ਜੀ ਇਹ ਜਿਹੜਾ ਵਾਕ ਹੈ ਉਹ ਅਰਥਹੀਨ ਹੋ ਜਾਂਦਾ ਹੈ ਇਹ ਪੈਨ ਰਾਮ ਹੈ ਤਾਂ ਇੱਥੇ ਦਾ ਲਗਾਉਣ ਨਾਲ ਪੈਨ ਤੇ ਰਾਮ ਦਾ ਆਪਸ ਵਿੱਚ ਸੰਬੰਧ ਕਲੀਅਰ ਹੋ ਜਾਂਦਾ ਹੈ ਇਹ ਪੈਨ ਰਾਮ ਦਾ ਹੈ ਤਾਂ ਦਾਇ ਤੇ ਕੀ ਹੋਇਆ ਸੰਬੰਧ ਧੰਨੇ ਦੀ ਮੱਛ ਕਾਲੇ ਰੰਗ ਦੀ ਹੈ ਹੁਣ ਜੇ ਆਪਾਂ ਇੱਥੇ ਦੀ ਨੂੰ ਨਹੀਂ ਬੋਲਦੇ ਅਗਲੀ ਵਾਰ ਦੇਖੋ ਵਾਕ ਨੂੰ ਮੈਂ ਬੋਲਦੀ ਆ ਤੰਨੇ ਮਝ ਕਾਲੇ ਰੰਗਦੀ ਹੈ ਤੰਨੇ ਮਝ ਕਾਲੇ ਰੰਗਦੀ ਹੈ ਦੀ ਨਾ ਲਿਖਣ ਕਰਕੇ ਇਹ ਜਿਹੜਾ ਵਾਕ ਹੈ ਉਹ ਅਰਥਹੀ ਹੋ ਜਾਂਦਾ ਹੈ ਲੇਕਿਨ ਜਦੋਂ ਆਪਾਂ ਦੀ ਨਾਲ ਬੋਲਦਿਆਂ ਇਹ ਵਾਕ ਤੰਨੇ ਦੀ ਮਝ ਕਾਲੇ ਰੰਗਦੀ ਹੈ ਤਾਂ ਤੰਨੇ ਅਤੇ ਮਝ ਦੇ ਵਿੱਚ ਇੱਕ ਸਬੰਧ ਸਥਾਪਿਤ ਹੋ ਜਾਂਦਾ ਹੈ ਤੇ ਵਾਕ ਦੀ ਜਿਹੜੀ ਹੈ ਅਰਥ ਅਰਥਪਰਪੂਰ ਹੋ ਜਾਂਦਾ ਹੈ ਅਰਥ ਨਾਲ ਹੋ ਜਾਂਦਾ ਹੈ ਗਾਇਤਰੀ ਕੋਲ ਇੱਕ ਕੈਮਰਾ ਹੈ ਹੁਣ ਮੈਂ ਇੱਕ ਵਾਕ ਨੂੰ ਇਸ ਵਾਕ ਨੂੰ ਦੁਆਰਾ ਪੜ੍ਹਦੀ ਹਾਂ ਗਾਇਤਰੀ ਇੱਕ ਕੈਮਰਾ ਹੈ ਗਾਇਤਰੀ ਇੱਕ ਕੈਮਰਾ ਇਹ ਹੁਣ ਵਾਕ ਜਿਹੜਾ ਹੈ ਅਰਥ ਹੀ ਹੋ ਗਿਆ ਹੈ ਇੱਥੇ ਜਿਹੜਾ ਕੋਲ ਹੈ ਗਾਇਤਰੀ ਇੱਥੇ ਕੈਮਰੇ ਦੇ ਕੋਲ ਵਿੱਚ ਜਿਹੜਾ ਹੈ ਸਵਨ ਸਥਾਪਿਤ ਕਰ ਰਿਹਾ ਹੈ ਗੀਤਾ ਦੇ ਵਾਲ ਬਹੁਤ ਲੰਬੇ ਹਨ ਗੀਤਾ ਵਾਲ ਬਹੁਤ ਲੰਬੇ ਹਨ ਇਹ ਅਰਥੀਨ ਵਾਕ ਹੈ ਲੇਕਿਨ ਜਦੋਂ ਆਪਾਂ ਦੇ ਪਾਣਿਆ ਤਾਂ ਗੀਤਾ ਦੇ ਵਾਲ ਦੇ ਵਿੱਚ ਕੀ ਹੈ ਇੱਕ ਸੰਬੰਧ ਸਥਾਪਿਤ ਹੋ ਜਾਂਦਾ ਹੈ ਇਹ ਪੈਨ ਰਾਮ ਦਾ ਹੈ ਧੰਨੇ ਦੀ ਮੱਛ ਕਾਲੇ ਰੰਗ ਦੀ ਹੈ ਗਾਇਤਰੀ ਕੋਲ ਇੱਕ ਕੈਮਰਾ ਹੈ ਗੀਤਾ ਦੇ ਵਾਲ ਬਹੁਤ ਲੰਬੇ ਹਨ ਤਾਂ ਇਨ੍ਹਾਂ ਵਾਕਾਂ ਵਿੱਚ ਦਾ ਦੀ ਕੋਲ ਦੇ ਸ਼ਬਦ ਜਿਹੜੇ ਹਨ ਉਹ ਕਿੰਨੇ ਸੰਬੰਧਕ ਦਾ ਧੀ ਕੋ ਦੇ ਇਹ ਸਾਰੇ ਸ਼ਬਦ ਕੀ ਨੇ ਸੰਬੰਧਕ ਹੁਣ ਸੰਬੰਧਕ ਜਿਹੜੇ ਹੈ ਦੋ ਤਰ੍ਹਾਂ ਦੇ ਹੁੰਦੇ ਹਨ ਪੂਰਨ ਸੰਬੰਧਕ ਅਪੂਰਨ ਸੰਬੰਧਕ ਸੰਬੰਧਕ ਦੋ ਪ੍ਰਕਾਰ ਦੇ ਹੁੰਦੇ ਹਨ ਪੂਰਨ ਸੰਬੰਧਕ ਅਪੂਰਨ ਸੰਬੰਧਕ ਹੁਣ ਆਪਾਂ ਪੂਰਨ ਸੰਬੰਧਕ ਦੇ ਬਾਰੇ ਸਮਝਾਂਗੇ ਜਿਹੜੇ ਸ਼ਬਦ ਇਕੱਲੇ ਹੀ ਸੰਬੰਧਕ ਦਾ ਕੰਮ ਕਰਨ ਉਹਨਾਂ ਨੂੰ ਪੂਰਨ ਸੰਬੰਧਕ ਕਿਹਾ ਜਾਂਦਾ ਹੈ ਜਿਹੜੇ ਸ਼ਬਦ ਇਕੱਲੇ ਹੀ ਇੱਕ ਸ਼ਬਦ ਹੀ ਸਾਰੇ ਵਾਕ ਦਾ ਅਰਥ ਜਿਹੜਾ ਪੂਰਨ ਕਰ ਦਵੇ ਅਰਥ ਨੂੰ ਪੂਰਾ ਕਰ ਦਵੇ ਆਪਾਂ ਉਸ ਨੂੰ ਪੂਰਨ ਸਬੰਧ ਕਹਿੰਦੇ ਹਾਂ ਜਿਵੇਂ ਰਾਜੂ ਦਾ ਬੈਟ ਵਧਿਆ ਹੈ ਇੱਕ ਦਾ ਲਿਖਣ ਨਾਲ ਸਾਰਾ ਜਿਹੜਾ ਵਾਕ ਹੈ ਉਹ ਪੂਰਨ ਹੋ ਗਿਆ ਰਾਜੂ ਬੈਟ ਵਧਿਆ ਹੈ ਸਿਰਫ ਇੱਕ ਦਾ ਸ਼ਬਦ ਲਗਾਉਣ ਨਾਲ ਇਹ ਜਿਹੜਾ ਵਾਕ ਹੈ ਉਸ ਦਾ ਅਰਥ ਪੂਰਾ ਹੋ ਗਿਆ ਇਸ ਕਰਕੇ ਇਹ ਪੂਰਨ ਸਬੰਧਕ ਕੱਲ੍ਹ ਭਾਰਤ ਦਾ ਮੈਚ ਪਾਕਿਸਤਾਨ ਨਾਲ ਹੈ ਜੇ ਆਪਾਂ ਦਾਾ ਹਟਾਣਿਆਂ ਕੱਲ ਭਾਰਤ ਮੈਚ ਪਾਕਿਸਤਾਨ ਨਾਲ ਹੈ ਤਾਂ ਇਥੇ ਦਾਾ ਜੋੜਾ ਹੈਗਾ ਇੱਕ ਪੂਰਨ ਸੰਬੰਧਕ ਹੈ ਦਾਾ ਨਾਲ ਇਹ ਸਾਰੇ ਵਾਕ ਦਾ ਅਰਥ ਪੂਰਾ ਹੋ ਜਾਂਦਾ ਹੈ ਕੱਲ ਭਾਰਤ ਦਾ ਮੈਚ ਪਾਕਿਸਤਾਨ ਨਾਲ ਹੈ ਹੁਣ ਇਹ ਹੋ ਗਿਆ ਪੂਰਨ ਸੰਬੰਧਕ ਜਿਹੜਾ ਕਿ ਇੱਕ ਸ਼ਬਦ ਜਿਹੜਾ ਹੈ ਸਾਰੇ ਵਾਕ ਦਾ ਕੀ ਹੈ ਅਰਥ ਨੂੰ ਪੂਰਨ ਕਰ ਦਿੰਦਾ ਹੈ ਆ ਪੂਰਨ ਸੰਬੰਧਕ ਜਿਹੜੇ ਇਕੱਲੇ ਸੰਬੰਧਕ ਦਾ ਕੰਮ ਨਾ ਕਰ ਸਕਣ ਅਤੇ ਉਹ ਪੂਰਨ ਸੰਬੰਧਕ ਨਾਲ ਮਿਲ ਕੇ ਸੰਬੰਧਕ ਬਣਨ ਉਹਨਾਂ ਨੂੰ ਅਪੂਰਨ ਸੰਬੰਧਕ ਕਿਹਾ ਜਾਂਦਾ ਹੈ ਅਪੂਰਨ ਸੰਬੰਧਕ ਜਿਹੜੇ ਇਕੱਲੇ ਸ਼ਬਦ ਸੰਬੰਧਕ ਦਾ ਪੂਰਾ ਕੰਮ ਨਾ ਕਰ ਸਕਣ ਉਹਨਾਂ ਨੂੰ ਵਾਕ ਦਾ ਪੂਰਾ ਅਰਥ ਪੂਰਨ ਕਰਨ ਲਈ ਉਹਨਾਂ ਨੂੰ ਪੂਰਨ ਸੰਬੰਧਕ ਦੀ ਜਿਹੜੀ ਹੈ ਜ਼ਰੂਰਤ ਨਾਲ ਪੈਂਦੀ ਹੈ ਉਹਨਾਂ ਨੂੰ ਆਪਾਂ ਕਹਿੰਦੇ ਆ ਅਪੂਰਨ ਸੰਬੰਧਕ ਜਿਹੜੇ ਸ਼ਬਦ ਇਕੱਲੇ ਸਬੰਧਕ ਦਾ ਕੰਮ ਨਾ ਕਰ ਸਕਣ ਅਤੇ ਉਹ ਪੂਰਨ ਸਬੰਧਕ ਦੇ ਨਾਲ ਮਿਲ ਕੇ ਸਬੰਧਕ ਬਣਨ। ਇਹ ਇਕੱਲੇ ਨਾ ਪ੍ਰਕਰਸਰ ਉਹਨਾਂ ਨੂੰ ਕੀ ਜ਼ਰੂਰਤ ਹੋਵੇ ਨਾਲ ਪੂਰਨ ਸਬੰਧਕ ਦੀ ਵੀ ਜ਼ਰੂਰਤ ਪੈਂਦੀ ਹੈ। ਉਹਨਾਂ ਨੂੰ ਆਪਾਂ ਕਹਿੰਦੇ ਆ ਅਪੂਰਨ ਸਬੰਧਕ। ਹੁਣ ਪਹਿਲਾ ਵਾਕ ਦੇਖੋ ਮੇਰਾ ਕਰ ਰਾਜੂ ਦੇ ਘਰ ਕੋਲ ਹੈ। ਇੱਥੇ ਕੋਲ ਜਿਹੜਾ ਸ਼ਬਦ ਹੈ ਇਹ ਅਪੂਰਨ ਸ਼ਬਦ ਅਪੂਰਨ ਸਬੰਧਕ ਹੈ। ਮੇਰਾ ਕਰ ਰਾਜੂ ਦੇ ਘਰ ਕੋਲ ਹੈ ਜੇ ਆਪਾਂ ਇੱਥੇ ਜਿਹੜਾ ਦੇ ਹੈ ਉਹ ਹੈ ਪੂਰਨ ਸੰਬੰਧਕ ਮੇਰਾ ਘਰ ਰਾਜੂ ਘਰ ਕੋਲ ਹੈ ਤਾਂ ਦੇ ਤੋਂ ਬਿਨਾ ਜਿਹੜਾ ਕੋਲ ਹੈ ਉਹ ਅਪੂਰਨ ਹੈ ਤੁਹਾਡੀ ਸੀਟ ਮੇਰੇ ਤੋਂ ਪਰੇ ਹੈ ਜਿਹੜਾ ਪਰੇ ਸ਼ਬਦ ਹੈ ਉਹ ਅਪੂਰਨ ਹੈ ਜਦ ਤੱਕ ਤੋਂ ਨਹੀਂ ਲੱਗ ਜਾਂਦਾ ਤੂੰ ਕੀ ਹੈ ਇਹ ਹੈ ਪੂਰਨ ਸੰਬੰਧਕ

ਤਾਂ ਇੱਕ ਵਾਰ ਫਿਰ ਤੋਂ ਦੇਖਦੇ ਹਾਂ ਆਪਾਂ ਸਬੰਧਕ ਕੀ ਹੁੰਦੇ ਹਨ ਜਿਹੜਾ ਸ਼ਬਦ ਵਾਕ ਨਾਉਨ ਪਰ ਨਾਉ ਤੇ ਵਿਸ਼ੇਸ਼ਣਾ ਵਿੱਚ ਸੰਬੰਧ ਪ੍ਰਗਟ ਕਰੇ ਸੰਬੰਧਕ ਦੋ ਤਰ੍ਹਾਂ ਦੇ ਹੁੰਦੇ ਹਨ ਪੂਰਨ ਤੇ ਅਪੂਰਨ ਪੂਰਨ ਸੰਬੰਧਕ ਜੋ ਇਕੱਲਾ ਸ਼ਬਦ ਹੀ ਵਾਕ ਦਾ ਪੂਰਾ ਅਰਥ ਕੱਢ ਦਵੇ ਤੇ ਅਪੂਰਨ ਸੰਬੰਧਕ ਜਿਸ ਨੂੰ ਪੂਰਾ ਕਰਨ ਲਈ ਪੁਰੰਦੀ ਵੀ ਜ਼ਰੂਰਤ ਪੈਂਦੀ ਹੋਵੇ ਪੂਰਨ ਸੰਬੰਧਕ ਦੀ ਵੀ ਜ਼ਰੂਰਤ ਪੈਂਦੀ ਹੋਵੇ